ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ ਮੈਂ ਹਾਂ ਸੁਰਿੰਦਰ ਢੱਲਾ ਕੋਟਕਪੁਰਾ ਅਤੇ ਬਹਿਬਲ ਕਲਾਂ ਮਾਮਲੇ ਦੇ ਇਨਸਾਫ਼ ਲਈ ਅੱਜ ਤੋਂ ਫਿਰ ਮੋਰਚਾ ਖੁੱਲ੍ਹ ਰਿਹਾ ਅੱਜ ਵੱਡੀ ਗਿਣਤੀ ਸੰਗਤ ਦੇ ਕੋਟਕਪੁਰਾ ਅਤੇ ਬਹਿਬਲ ਕਲਾਂ ਵਿਖੇ ਪੁੱਜਣ ਦੀ ਤਿਆਰੀ ਹੋ ਰਹੀ ਹੈ ਕਾਬਲੇ ਜ਼ਿਕਰ ਹੈ ਪਿਛਲੇ 4 ਸਾਲਾਂ ਤੋਂ ਨਾ ਤਾਂ ਬੇਅਦਬੀ ਦੇ ਮਾਮਲਿਆਂ ਦਾ ਮੁਕੰਮਲ ਇਨਸਾਫ਼ ਮਿਲਿਆ ਅਤੇ ਨਾ ਹੀ ਬਰਗਾੜੀ ਮਾਮਲੇ ਦੇ ਵਿੱਚ ਅਤੇ ਕੋਟਕਪੁਰਾ ਮਾਮਲੇ ਦੇ ਵਿੱਚ ਪੂਰਾ ਇਨਸਾਫ਼ ਮਿਲਿਆ ਸੁਖਪਾਲ ਸਿੰਘ ਖਹਿਰਾ ਵੱਲੋਂ ਅੱਜ ਸੱਦਾ ਦਿੱਤਾ ਗਿਆ ਕਿ ਸਾਰੇ ਲੋਕ ਸ਼ਰਧਾਂਜਲੀ ਸਮਾਗਮ ਲਈ ਪੁੱਜਣ ਅਤੇ ਕਾਲੀਆਂ ਦਸਤਾਰਾਂ ਸਜਾ ਕੇ ਪੁੱਜਣ ਅਤੇ ਕਾਲੇ ਰੰਗ ਦਾ ਕੱਪੜਾ ਰੋਸ ਵਜੋਂ ਸੰਕੇਤਕ ਤੌਰ 'ਤੇ ਪਹਿਨਿਆ ਜਾਵੇ ਸੁਖਪਾਲ ਖਹਿਰਾ ਨੇ ਕੈਪਟਨ ਅਮਰਿੰਦਰ ਦੀ ਸਰਕਾਰ 'ਤੇ ਵੀ ਇਲਜ਼ਾਮ ਲਾਏ ਨੇ ਕਿ ਪੌਣੇ 3 ਸਾਲ ਤੋਂ ਬਾਅਦ ਵੀ ਕੈਪਟਨ ਅਮਰਿੰਦਰ ਦੀ ਸਰਕਾਰ ਇਨਸਾਫ਼ ਨਹੀਂ ਦੇ ਸਕੀ ਉਹਨਾਂ ਅਕਾਲੀ ਭਾਜਪਾ ਦੇ ਨਾਲ ਨਾਲ ਕਾਂਗਰਸ ਸਰਕਾਰ ਨੂੰ ਵੀ ਨਿਸ਼ਾਨੇ 'ਤੇ ਲਿਆ ਪਰ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਵੱਡਾ ਫਾਇਦਾ ਕੀਤਾ ਸੀਗਾ ਚੋਣਾਂ ਵਿੱਚ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਲੋਕਾਂ ਨੇ ਸਾਥ ਵੀ ਦਿੱਤਾ ਪੰਜਾਬ ਦੇ ਲੋਕਾਂ ਨੇ ਵੱਡੇ ਪੱਧਰ 'ਤੇ ਵੋਟਾਂ ਪਾ ਕੇ ਸਰਕਾਰ ਬਣਾਈ ਲੇਕਿਨ ਹੁਣ ਪੌਣੇ 3 ਸਾਲ ਹੋਣ ਲੱਗੇ ਨੇ ਤਕਰੀਬਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਬਹੁਤ ਵੋਲੂਮਿਨਸ ਰਿਪੋਰਟ ਉਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ SIT ਦੀ ਇਨਕੁਆਇਰੀ ਔਰ ਵਿਧਾਨ ਸਭਾ ਦੇ ਵਿੱਚ 8 ਘੰਟੇ ਦੇ ਕਰੀਬ 28 ਅਗਸਤ ਪਿਛਲੇ 2018 'ਚ ਪੂਰੀ ਬਹਿਸ ਹੋਈ ਮੁਕੰਮਲ ਰਿਪੋਰਟ 'ਤੇ ਸਾਰੀਆਂ ਪਾਰਟੀਆਂ ਨੇ ਅਕਾਲੀ ਦਲ ਨੂੰ ਛੱਡ ਕੇ ਸਭ ਨੇ ਇਹਦੇ 'ਤੇ ਇਨਸਾਫ਼ ਦੀ ਆਵਾਜ਼ ਉਠਾਈ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਕਾਂਗਰਸ ਦੇ MLAs ਅਤੇ ਮਿਨਿਸਟਰਸ ਨੇ ਬਹੁਤ ਨੀਵੇਂ ਹੋ ਕੇ ਲਗਭਗ ਮੰਗਤੇ ਬਣ ਕੇ ਉਹਨਾਂ ਕੋਲ ਇਨਸਾਫ਼ ਮੰਗਿਆ ਲੇਕਿਨ ਦੁੱਖ ਨਾਲ ਕਹਿਣਾ ਪੈਂਦਾ ਕਿ ਅੱਜ ਤੱਕ 4 ਸਾਲ ਬਹਿਬਲ ਕਲਾਂ ਦੇ ਗੋਲੀਕਾਂਡ ਨੂੰ ਕੱਲ੍ਹ 14 ਅਕਤੂਬਰ ਸਵੇਰੇ ਕੋਟਕਪੁਰਾ ਅਤੇ ਬਹਿਬਲ ਕਲਾਂ ਨੂੰ ਹੋ ਜਾਣੇ ਲੇਕਿਨ ਉੱਥੇ ਅੱਜ ਤੱਕ ਕੋਈ ਇਨਸਾਫ਼ ਨਹੀਂ ਦਿੱਤਾ ਗਿਆ ਇੱਥੋਂ ਸਾਨੂੰ ਇਹੀ ਸਮਝ ਆਉਂਦਾ ਕਿ ਇੱਕ ਅਨਰਿਟਨ ਪਾਲਿਸੀ ਹੋ ਚੁੱਕੀ ਆ ਸਾਰੀਆਂ ਸਰਕਾਰਾਂ ਦੀ ਕਿ ਪੁਲਿਸ ਦੇ ਲੋਕਾਂ ਨੂੰ ਅਤੇ ਜਿਹੜੇ ਗੁਨਾਹਗਾਰ ਪੋਲੀਟੀਸ਼ੀਅਨ ਆ ਉਹਨਾਂ ਨੂੰ ਬਚਾਉਣਾ ਹੀ ਬਚਾਉਣਾ ਵਾ ਅਤੇ ਆਓ ਹੁਣ ਸੁਣਦੇ ਹਾਂ ਬੇਅਦਬੀਆਂ ਅਤੇ ਬਰਗਾੜੀ ਅਤੇ ਕੋਟਕਪੁਰਾ ਮਾਮਲਿਆਂ ਦੇ 4 ਸਾਲ ਬੀਤਣ ਤੋਂ ਬਾਅਦ ਅੱਜ ਵੱਖ ਵੱਖ ਪੋਲੀਟੀਕਲ ਪਾਰਟੀਆਂ ਦਾ ਕੀ ਰਿਐਕਸ਼ਨ ਹੈ ਕੈਪਟਨ ਸਰਕਾਰ ਨੇ 4 ਸਾਲ ਦੀ ਤੁਸੀਂ ਗੱਲ ਕਰਦੇ ਹੋ ਕੈਪਟਨ ਸਰਕਾਰ ਪਿਛਲੇ 2.5 ਸਾਲਾਂ ਤੋਂ ਸੁੱਤੀ ਪਈ ਹੈ 24 ਘੰਟੇ ਆਨੰਦ ਲੈਣ ਵਾਲੀ ਸਰਕਾਰ ਹੈ ਕੰਮ ਨਾ ਕਰਨ ਦਾ ਉਹਨਾਂ ਦਾ ਸਿਧਾਂਤ ਹੈ ਕੋਈ ਵਾਅਦਾ ਉਹਨਾਂ ਨੇ ਪੂਰਾ ਨਹੀਂ ਕਰਨਾ ਬਰਗਾੜੀ ਦਾ ਛੱਡੋ ਤੁਸੀਂ ਉਹਨਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀਗੀ ਸਟੇਜ 'ਤੇ ਵੀ ਮੈਂ ਨਸ਼ਾ 4 ਹਫ਼ਤਿਆਂ ਵਿੱਚ ਖਤਮ ਕਰ ਦਿਆਂਗਾ ਬਾਅਦ 'ਚੋਂ ਉੱਤੇ ਆ ਕੇ ਕਹਿੰਦੇ ਜੀ ਲੱਕ ਤੋੜਾਂਗੇ ਤੁਸੀਂ ਨਸ਼ੇ ਦਾ ਕੰਮ ਨਹੀਂ ਕੰਪਲੀਟ ਕਰ ਸਕੇ ਤੁਸੀਂ ਬਰਗਾੜੀ ਦਾ ਇਨਸਾਫ਼ ਨਹੀਂ ਦੇ ਸਕੇ ਕਮਿਸ਼ਨ 'ਤੇ ਕਮਿਸ਼ਨ ਬਣਾਈ ਜਾਂਦੇ ਹੋ ਕਦੇ CBI ਨੂੰ ਦੇ ਦਿੰਦੇ ਹੋ ਕਦੇ ਵਾਪਸ ਲੈ ਲੈਂਦੇ ਹੋ ਕਦੇ ਰਿਪੋਰਟ ਨੂੰ ਨਹੀਂ ਮੰਨਦੇ ਕਿਸੇ ਗੱਲ ਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੈਪਟਨ ਸਰਕਾਰ ਦਾ ਕੋਈ ਇੰਟਰਸਟ ਹੀ ਨਹੀਂ ਹੈ ਵੀ ਇਸ ਕੰਮ ਨੂੰ ਜਿਹੜਾ ਨੇਪਰੇ ਚਾੜਿਆ ਜਾਵੇ ਮੇਰਾ ਤਾਂ ਇਹ ਮੰਨਣਾ 295 ਕੈਪਟਨ ਸਰਕਾਰ 'ਤੇ ਲਾਉਣੀ ਚਾਹੀਦੀ ਹੈ ਵੀ ਉਹ ਇਸ ਬੇਅਦਬੀ ਨੂੰ ਬਿਲਕੁਲ ਖਤਮ ਕਰਨ ਦੀ ਬਜਾਏ ਇਹਦੇ ਵਿੱਚ ਰੁੱਝੇ ਹੋਏ ਨੇ ਔਰ ਇਸ ਕੰਮ ਨੂੰ 4 ਸਾਲ ਪੂਰੇ ਹੋ ਜਾਣੇ ਆ ਕੈਪਟਨ ਸਰਕਾਰ ਅਤੇ ਬਾਦਲ ਸਰਕਾਰ ਬਾਦਲ ਪਰਿਵਾਰ ਅਤੇ ਕੈਪਟਨ ਪਰਿਵਾਰ ਦੋਨੇ ਮਿਲੇ ਹੋਏ ਨੇ ਜਾਂਚ 'ਤੇ ਜਾਂਚ ਜਾਂਚ 'ਤੇ ਜਾਂਚ ਜਾਂਚ 'ਤੇ ਜਾਂਚ ਦੋਨਾਂ ਹੀ ਪਰਿਵਾਰਾਂ ਨੇ ਪਹਿਲਾਂ ਕਾਂਗਰਸ ਨੇ 1984 ਤੋਂ ਲੈ ਕੇ ਕੋਈ ਇਨਸਾਫ਼ ਨਹੀਂ ਦਿੱਤਾ ਅਕਾਲੀ ਦਲ ਕੋਲ ਇੱਕ ਮੁੱਦਾ ਹੁੰਦਾ ਸੀ 84 ਦੇ ਦੰਗੇ 84 ਦੇ ਦੰਗੇ ਜੀ 84 ਦਾ ਬਲਿਊ ਸਟਾਰ ਦੇਖੋ ਸਰਕਾਰ ਦੀ ਜਿਹੜੀ ਡਿਊਟੀ ਹੈ ਔਰ ਸਰਕਾਰ ਦੀ ਮਨਸ਼ਾ ਬੜੀ ਸਾਫ਼ ਹੈ ਕਿ ਅਸਲ ਦੋਸ਼ੀ ਸਾਹਮਣੇ ਲਿਆਉਂਦੇ ਜਾਣ ਅਤੇ ਉਹਨਾਂ ਨੂੰ ਸਜ਼ਾ ਦਵਾਈ ਜਾ ਉੱਧਰ ਜਲਾਲਾਬਾਦ ਵਿੱਚ ਰਮਿੰਦਰ ਆਮਲਾ ਦੇ ਚੋਣ ਪ੍ਰਚਾਰ ਵਿੱਚ ਆਏ ਮੁਹੰਮਦ ਸਦੀਕ ਨੂੰ ਲੋਕਾਂ ਨੇ ਘੇਰ ਲਿਆ ਮੁਹੰਮਦ ਸਦੀਕ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਮੋਬਾਈਲ ਉੱਤੇ ਬਣੀ ਇਸ ਵੀਡੀਓ ਵਿੱਚ ਲੋਕ ਮੁਹੰਮਦ ਸਦੀਕ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕੀਤੇ ਗਏ ਕੰਮਾਂ ਬਾਰੇ ਪੁੱਛ ਰਹੇ ਨੇ ਸੋ ਜਦ ਮੁਹੰਮਦ ਸਦੀਕ ਉਹਨਾਂ ਦੇ ਜਵਾਬ ਤੋਂ ਲੋਕ ਸੰਤੁਸ਼ਟ ਨਹੀਂ ਹੋਏ ਤਾਂ ਰੌਲਾ ਰੱਪਾ ਵੱਧ ਗਿਆ ਪਰ ਮੁਹੰਮਦ ਸਦੀਕ ਨਿਕਲਦੇ ਬਣੇ ਅਸਲ 'ਚ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਅਤੇ ਮੰਤਰੀਆਂ ਕੋਲ ਵੀ ਅਜਿਹੇ ਜਵਾਬ ਨਹੀਂ ਹੈ ਜਿਹੜੇ ਉਹ ਲੋਕਾਂ ਨੂੰ ਦੇ ਸਕਣ ਸਿੱਧੀ ਜੀ ਗੱਲ ਇਹ ਹੈ ਤਲੀ ਤੇ ਸਰੋਂ ਕਦੇ ਨਹੀਂ ਜਾਂਦੀ ਨਹੀਂ ਜਾਂਦੀ ਜਦੋਂ ਇਹ ਸਰਕਾਰ ਬਣੀ ਹੈ ਸਾਡੀ 34,000 ਕਰੋੜ ਰੁਪਈਆ ਜਿਹੜਾ ਖਜ਼ਾਨੇ 'ਚ ਸੀਗਾ ਚਾਕੇ ਸੁਖਬੀਰ ਹੋਣਾ ਨੇ ਸੈਂਟਰ ਨੂੰ ਦਿੱਤਾ ਸਾਨੂੰ ਤਾਂ ਤਨਖਾਹ ਦੇਣ ਵਾਸਤੇ ਪੈਸੇ ਨਹੀਂ ਹੈਗੇ ਨੌਕਰੀ ਕਿੱਥੋਂ ਦੇ ਸਕਦੇ ਇੱਕ ਮਿੰਟ ਮੇਰੀ ਗੱਲ ਸੁਣ ਲਾ ਨਹੀਂ ਜੀ ਵਾਅਦਾ ਕੀਤਾ ਜੀ ਵਾਅਦਾ ਕੀਤਾ ਜੀ ਵਾਅਦਾ ਘਰ ਘਰ ਨੂੰ ਵਾਅਦਾ ਕੀਤਾ ਜੀ ਵਾਅਦੇ ਦੇ ਨਿਤਰੋ ਨਾ ਵੀਰੇ ਵਾਅਦੇ ਦੇ ਨਿਤਰੋ ਗੱਲ ਇਹ ਹੈਗੀ ਹੈ ਜੀ ਜਦੋਂ ਵਾਅਦੇ ਤੇ ਨਹੀਂ ਨਿਤਰੇ ਆਪਾਂ ਜੀ ਉਹ ਕੋਈ ਨਹੀਂ ਗੱਲ ਜੀ ਸਪੋਰਟ ਤਾਂ ਕਿਸੇ ਨੂੰ ਵੀ ਨਹੀਂ ਅਸੀਂ ਕਰਦੇ ਨਾ ਅਕਾਲੀਆਂ ਨੂੰ ਕਰਦੇ ਨਾ ਕਾਂਗਰਸ ਨੂੰ ਕਰਦੇ ਨਾ ਝਾੜੂ ਵਾਲਿਆਂ ਨੂੰ ਕਰਦੇ ਵੀਡੀਓ ਕੈਮਰੇ ਲਾਈਵ ਰੱਖ ਲਈ
ਉਧਰ ਭਗਵੰਤ ਮਾਨ ਅਤੇ HS ਫੁਲਕਾ ਵਾਲੇ ਵਿਚਾਲੇ ਜਾਰੀ ਜ਼ੁਬਾਨੀ ਜੰਗ ਵਿੱਚ ਅੱਜ ਫਿਰ ਭਗਵੰਤ ਮਾਨ ਨੇ ਇੱਕ ਬਿਆਨ ਦਿੱਤਾ। ਭਗਵੰਤ ਮਾਨ ਨੇ HS ਫੁਲਕਾ ਦੇ ਉੱਤੇ ਨਿਸ਼ਾਨਾ ਸਿੱਧਦੇ ਹੋਏ ਇਹ ਮੰਗ ਕੀਤੀ ਕਿ ਸਰਕਾਰ ਕਾਨੂੰਨ ਬਣਾਵੇ ਤਾਂ ਜੋ ਇਸ ਤਰ੍ਹਾਂ ਨਾਲ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਅਸਤੀਫੇ ਨਾ ਦੇ ਸਕਣ। ਉਹਨਾਂ ਕਿਹਾ ਕਿ HS ਫੁਲਕੇ ਦੇ ਅਸਤੀਫੇ ਦਾ ਵੀ ਕਾਫੀ ਨੁਕਸਾਨ ਹੋਇਆ। ਉਹਨਾਂ ਇਹ ਵੀ ਕਿਹਾ ਕਿ ਇਹ 3 ਸੀਟਾਂ ਦਾ ਬੋਝ ਪੰਜਾਬ ਦੇ ਖਜ਼ਾਨੇ 'ਤੇ ਪਏਗਾ ਜੇ ਵਿਧਾਇਕ ਅਸਤੀਫਾ ਨਾ ਦਿੰਦੇ ਤਾਂ ਵੋਟਾਂ ਦੁਬਾਰਾ ਨਹੀਂ ਹੋਣੀਆਂ ਸੀ। ਰਾਜਾ ਵੜਿੰਗ ਦੇ ਮਸਲੇ 'ਤੇ ਵੀ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਕਈ ਵਾਰ ਵਿਵਾਦਿਤ ਬਿਆਨ ਦਿੰਦਾ ਹੈ ਜਿਸ ਉੱਪਰ ਕੋਈ ਜਵਾਬ ਨਹੀਂ ਹੈ। ਉਹਦੇ ਵਿੱਚ ਕਹਿੰਦਾ ਉਹ ਕਿ ਅਸੀਂ ਤਾਂ ਨਹੀਂ ਪੜ੍ਹਾਉਂਦੇ ਕਿ ਤਾਂ ਕਿ ਅਨਪੜ੍ਹ ਜਿਹੜਾ ਪੜ੍ਹਿਆ ਲਿਖਿਆ ਮੁੰਡਾ ਉਹਦੀ ਮਾਂ ਨੂੰ ਇਹ ਨਾ ਸਮਝਾ ਦੇ ਕਿ ਰਾਜਾ ਮੇਰੀ ਮਾਂ ਨੂੰ ਬੇਵਕੂਫ ਬਣਾਈ ਜਾਂਦੇ, ਠੀਕ ਹੈ ਨਾ। ਅਤੇ ਇਹ ਰਾਜਾ ਵੜਿੰਗ ਹੀ ਕਿਉਂ ਕਹਿੰਦੇ ਗੱਲ 'ਤੇ ਕਿ ਮੇਰੇ ਬਿਆਨਾਂ ਨੂੰ ਤਰੋੜ ਮੁੜ ਕੇ ਪੇਸ਼ ਕੀਤਾ ਜਾਂਦਾ, ਕਦੇ ਉਹ ਕਹਿੰਦੇ ਖੰਘ ਦੀ ਦਵਾਈ, ਕਦੇ ਕਹਿੰਦਾ ਮੈਂ ਤੜਾਗੀ ਬੰਨ੍ਹ ਕੇ ਜਾਇਆ ਕਰਾਂਗੇ, ਕਦੇ ਕਹਿੰਦੇ ਵੀ ਅਸੀਂ ਰਿਬਨ ਵਾਲੀ ਕਾਰ ਵੀ ਦਿਆ ਕਰਾਂਗੇ, ਹੈ ਨਾ। ਕਦੇ ਕਹਿੰਦੇ ਵੀ ਸ਼ਮਸ਼ਾਨ ਘਾਟ ਇਹੋ ਜਿਹਾ ਬਣਾ ਦਾਂਗੇ ਕਿ ਲੋਕਾਂ ਦਾ ਮਰਨ ਨੂੰ ਜੀ ਕਰਿਆ ਕਰੂ ਦੇਖ ਕੇ। ਅਤੇ ਉਹ ਇਹੋ ਜਿਹੇ ਬਿਆਨ ਦਿੰਦੇ ਹੀ ਕਿਉਂ ਹੈ ਜਿਹੜੇ ਈਜ਼ੀਲੀ ਆਸਾਨੀ ਨਾਲ ਤਰੋੜੇ ਮਰੋੜੇ ਜਾ ਸਕਦੇ ਨੇ। ਮੈਂ ਕਹਿੰਦਾ ਕਿ ਰਿਫੋਰਮ ਨੋਟ ਓਨਲੀ ਫੁਲਕਾ ਜੀ, ਮੇਰਾ ਮੈਂ ਪ੍ਰਾਈਵੇਟ ਮੈਂਬਰ ਬਿੱਲ ਉੱਥੇ ਲਾਉਣਾ ਪਾਰਲੀਮੈਂਟ 'ਚ ਵੀ, ਚੋਣ ਰਿਫੋਰਮਸ, ਅਤੇ ਜੇ ਕੋਈ ਨਿੱਜੀ ਕਾਰਨ ਜਾਂ ਕੋਈ ਹੋਰ ਦੱਸਦਾ ਤਾਂ ਉਹਦਾ ਖਰਚਾ ਜਾਂ ਉਹਦੇ ਕੋਈ ਕੂਲਿੰਗ ਪੀਰੀਅਡ ਹੋਣਾ ਚਾਹੀਦਾ। ਅਤੇ ਨੰਬਰ 2 'ਤੇ ਰੂਲ ਬਣਾਓ ਨਾ, ਜਿਹੜਾ ਕੋਈ MP ਹੈ ਉਹ ਨਾ ਲੜੇ MLA, ਜਾਂ ਜਿਹੜਾ ਕੋਈ MLA ਉਹ MP ਨਾ ਲੜੇ, ਤਾਂ ਆ ਫਿਰ ਆਹ ਵਿਧਾਨ ਸਭਾ ਵੀ ਜਿਹੜੀ ਹੈ ਉਹ ਜਿਹੜੀ ਜ਼ਮੀਨੀ ਚੋਣ ਹੈ ਜਲਾਲਾਬਾਦ ਦੀ ਇਹ ਵੀ ਨਾ ਆਉਂਦੀ। ਮੈਂ ਵੀ ਨਾ ਲੜਦਾ ਫਿਰ, ਸੰਗਰੂਰ ਤੋਂ MP ਹੋ ਕੇ ਮੈਂ ਜਲਾਲਾਬਾਦ ਲੜਿਆ, ਮੈਂ ਜੇ ਕਾਨੂੰਨ ਹੁੰਦਾ ਤਾਂ। ਸੋ ਇਹ ਕਈ ਵਾਰੀ ਕਾਨੂੰਨ ਨੂੰ ਇੱਦਾਂ ਮਿਸਯੂਜ਼ ਕਰ ਜਾਂਦੇ ਆ। ਸੋ ਇਹ ਹੈਗੀਆਂ ਕੁਛ ਕਮਜ਼ੋਰ ਕੜੀਆਂ ਕਾਨੂੰਨਾਂ 'ਚ, ਇਹਦੇ ਬਾਰੇ ਇਲੈਕਸ਼ਨ ਕਮਿਸ਼ਨ ਨੂੰ ਇਲੈਕਸ਼ਨ ਰਿਫੋਰਮਸ ਬਾਰੇ ਸੋਚਣਾ ਚਾਹੀਦਾ। ਜਿੱਦਾਂ ਕੋਈ ਨੈਚੁਰਲ ਡੈਥ ਹੋਈ ਹੈ ਜਿਵੇਂ ਮੁਕੇਰੀਆਂ ਹੋਈ ਹੈ ਤਾਂ ਕੋਈ ਉਹਦਾ ਪਰਮਾਤਮਾ ਦੇ ਹੱਥ, ਬਾਕੀ 3 ਤਾਂ ਅਵੋਇਡੇਬਲ ਸੀਗੇ। ਉੱਧਰ ਸੁਖਬੀਰ ਸਿੰਘ ਬਾਦਲ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਵਿੱਚ ਰੁੱਝੇ ਹੋਏ ਨੇ। ਸੁਖਬੀਰ ਸਿੰਘ ਬਾਦਲ ਨੇ ਰਤੀਆ ਵਿਖੇ ਚੋਣ ਪ੍ਰਚਾਰ ਕੀਤਾ ਅਤੇ ਇਸ ਮੌਕੇ ਉਹਨਾਂ ਸਾਫ਼ ਤੌਰ 'ਤੇ ਕਿਹਾ ਕਿ ਸਿਰਸਾ ਅਤੇ ਫਤਿਹਾਬਾਦ ਵਿੱਚ ਭਾਜਪਾ ਨੂੰ 1 ਵੀ ਸੀਟ ਨਹੀਂ ਮਿਲੇਗੀ। ਉਹਨਾਂ ਕਿਹਾ ਕਿ ਰੋਹਤਕ ਵਿੱਚ ਵੀ ਭਾਜਪਾ ਦੀ ਹਵਾ ਨਹੀਂ ਹੈ। ਸੁਖਬੀਰ ਨੇ ਕਹਿ ਦਿੱਤਾ ਕਿ ਭਾਜਪਾ ਦੀ ਹਵਾ ਨਹੀਂ ਹੈ ਅਤੇ ਅਕਾਲੀ ਦਲ ਅਤੇ ਇਨੈਲੋ ਦੇ ਰਿਸ਼ਤੇ 'ਤੇ ਕੋਈ ਫਰਕ ਨਹੀਂ ਪੈਂਦਾ। ਉਹਨਾਂ ਕਿਹਾ ਕਿ ਹਰਿਆਣਾ ਦੇ ਘਰ ਘਰ ਦੇਵੀ ਲਾਲ ਅਤੇ ਪੰਜਾਬ ਦੇ ਹਰ ਘਰ 'ਚ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲੱਗੀ ਹੈ, ਜਦਕਿ ਅਜਿਹਾ ਨਹੀਂ ਹੈ। ਪੰਜਾਬ ਦੇ ਹਰ ਘਰ ਵਿੱਚ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਹੈ ਅਤੇ ਨਾ ਹੀ ਹਰਿਆਣੇ ਦੇ ਹਰ ਘਰ ਵਿੱਚ ਚੌਧਰੀ ਦੇਵੀ ਲਾਲ ਦੀ ਫੋਟੋ ਹੈ। ਹਾਂ, ਇਹ ਦੋਵੇਂ ਬਜ਼ੁਰਗ ਕਾਫੀ ਮਸ਼ਹੂਰ ਰਹੇ ਨੇ ਅਤੇ ਲੰਮਾ ਸਮਾਂ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਰਹੇ ਨੇ ਅਤੇ ਪ੍ਰਕਾਸ਼ ਸਿੰਘ ਬਾਦਲ ਹੁਣ ਵੀ ਸਰਗਰਮ ਨੇ, ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਹਨਾਂ ਬਿਆਨਾਂ ਨਾਲ ਸਿਰਫ ਸਿਆਸਤ ਗਰਮਾਏਗੀ। ਹਰਿਆਣਾ ਭਾਵੇਂ ਛੱਡ ਦਿਓ, ਤੁਸੀਂ ਉੱਤਰ ਪ੍ਰਦੇਸ਼ ਚਲੇ ਜਾਓ, ਬਿਹਾਰ ਚਲੇ ਜਾਓ, ਮੱਧਿਆ ਪ੍ਰਦੇਸ਼ ਚਲੇ ਜਾਓ, ਤੁਸੀਂ ਪੁੱਛੋ ਕਿ ਹਿੰਦੁਸਤਾਨ ਦੀ ਆਜ਼ਾਦੀ ਦੇ ਬਾਅਦ ਸਭ ਤੋਂ ਵੱਡਾ ਕਿਸਾਨਾਂ ਦਾ ਨੇਤਾ ਕੌਣ ਹੋਇਆ? ਚੌਧਰੀ ਦੇਵੀ ਲਾਲ ਜੀ ਅਤੇ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਦਾ ਨਾਂ ਆਉਂਦਾ। ਤੁਹਾਨੂੰ ਇਹੋ ਜਿਹੇ ਨੇਤਾ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਤੁਹਾਡੇ ਵਿੱਚ ਲਾਈ, ਤੁਹਾਡੀ ਲੜਾਈ ਲੜੀ। ਰਤੀ ਹਲਕੇ ਵਾਲਿਓ, ਤੁਸੀਂ ਤਾਂ ਸਾਰੇ ਖੁਸ਼ਕਿਸਮਤ ਹੈ ਕਿ ਆ ਸਾਰਾ ਇਲਾਕਾ ਚੌਧਰੀ ਦੇਵੀ ਲਾਲ ਜੀ ਦੇ ਨਾਲ ਜੁੜਿਆ। ਮੈਨੂੰ ਤੁਹਾਡੇ ਘਰ ਘਰ ਫੋਟੋ ਚੌਧਰੀ ਦੇਵੀ ਲਾਲ ਜੀ ਦੀ ਹੋਣੀ ਹੈ, ਚਟਾਲਾ ਪਰਿਵਾਰ ਸਾਹਿਬ ਦੀ ਹੋਣੀ ਹੈ। ਜਿਵੇਂ ਪੰਜਾਬ ਚਲੇ ਜਾਓ, ਘਰ ਘਰ ਫੋਟੋ ਬਾਦਲ ਸਾਹਿਬ ਦੀ ਹੈ। ਦੇਖੋ ਪੁਰਾਣੇ ਲੀਡਰਾਂ ਦੇ ਅਤੇ ਨਵਿਆਂ ਦਾ ਜ਼ਮੀਨ ਆਸਮਾਨ ਦਾ ਫਰਕ ਹੈ। ਜੋ ਜਨਤਾ ਪ੍ਰਤੀ ਸਤਿਕਾਰ ਪਿਆਰ ਪੁਰਾਣੀ ਲੀਡਰਸ਼ਿਪ ਦਾ ਰਿਹਾ, ਅੱਜ ਦੇ ਨਵੇਂ ਲੀਡਰ ਤਾਂ ਉਹ ਕਮਾਈ ਨਹੀਂ ਸਕਦੇ। ਆ ਮੈਂ ਤੈਨੂੰ ਇੱਕ ਹੋਰ ਦੱਸਾਂ, ਗਲਤ ਫਹਿਮੀ ਜੀ ਬਣੀ ਪਈ ਹੈ ਕਿ ਅੱਜ BJP ਦੀ ਹਵਾ ਹੈ। ਆਮ ਸਰਸੇ ਦੇ ਫਤਿਹਾਬਾਦ ਜ਼ਿਲ੍ਹੇ 'ਚ ਮੈਨੂੰ ਲੱਗਦਾ 1 ਸੀਟ ਨਹੀਂ ਆਉਂਦੀ BJP। ਮੈਂ ਤੈਨੂੰ ਅੱਜ ਦੱਸਾਂ ਸਰਸੇ ਦੇ ਫਤਿਹਾਬਾਦ ਦੀ ਗੱਲ ਕਰ ਰਿਹਾ। ਇੱਧਰ ਮੈਂ ਹੁਣ ਉੱਧਰ ਪੁੱਛਿਆ ਸੀ, ਰੋਹਤਕ ਸਾਈਡ 'ਤੇ ਕੰਮ ਹੈ ਹੀ ਨਹੀਂ ਯਾਰ। ਹਵਾ ਬਣਾਉਣ ਵਾਲੇ ਵੀ ਤੁਸੀਂ ਹੈ ਅਤੇ ਰੋਕਣ ਵਾਲੇ ਵੀ ਤੁਸੀਂ ਹੈ। ਮੈਂ ਤੁਹਾਨੂੰ ਦੱਸਾਂ,
ਕਿ ਤੁਸੀਂ ਇਕੱਠੇ ਹੋ ਜਾਓ। ਚੌਧਰੀ ਦੇਵੀ ਲਾਲ ਜੀ ਨੂੰ ਦੇਖੋ ਯਾਰ, ਉਹਨਾਂ ਦੀ ਕੁਰਬਾਨੀਆਂ ਨੂੰ ਦੇਖੋ, ਉਹਨਾਂ ਦੀ ਸ਼ਖਸੀਅਤ ਨੂੰ ਦੇਖੋ। ਜੇ ਆਪਾਂ ਪਿੰਡ ਵਾਲੇ ਇਕੱਠੇ ਹੋ ਜਾਵਾਂਗੇ, ਕਿਸਾਨ ਇਕੱਠੇ ਹੋ ਜਾਣਗੇ, ਗਰੀਬ ਮਜ਼ਦੂਰ ਇਕੱਠੇ ਹੋ ਜਾਓਗੇ, ਤੁਹਾਨੂੰ ਕੋਈ ਹਰਾਉਣ ਵਾਲਾ ਨਹੀਂ। ਤੇ ਸ਼੍ਰੋਮਣੀ ਅਕਾਲੀ ਦਲ ਤੇ ਜਿਵੇਂ ਭੁੰਦੜ ਸਾਹਿਬ ਨੇ ਰੱਖਿਆ ਇੰਡੀਅਨ ਨੈਸ਼ਨਲ ਲੋਕ ਦਲ ਦਾ ਰਿਸ਼ਤਾ, ਕੋਈ ਫਰਕ ਹੀ ਨਹੀਂ ਹੈ। ਸੁਖਬੀਰ ਸਿੰਘ ਬਾਦਲ ਦੇ ਹਰਿਆਣਾ ਵਿੱਚ ਇਸ ਤਰੀਕੇ ਦੇ ਭਾਸ਼ਣ ਨਾਲ ਇਸ ਦਾ ਸਿੱਧਾ ਅਸਰ ਪੰਜਾਬ ਦੀਆਂ ਜ਼ਿਮਨੀ ਚੋਣਾਂ ਅਤੇ ਪੰਜਾਬ ਵਿੱਚ ਅਕਾਲੀ ਭਾਜਪਾ ਦੇ ਰਿਸ਼ਤਿਆਂ 'ਤੇ ਵੀ ਪੈ ਸਕਦਾ ਹੈ। ਸੁਖਬੀਰ ਹਰਿਆਣੇ ਵਿੱਚ ਜਾ ਕੇ ਕਹਿੰਦੇ ਨੇ ਕਿ ਜਿਹੜੇ ਸੋਚਦੇ ਨੇ ਕਿ ਉਹਨਾਂ ਦੀ ਸਰਕਾਰ ਬਣੇਗੀ ਉਹ ਵਿਰੋਧੀ ਧਿਰ 'ਚ ਹੋਣਗੇ, ਭਾਵ ਹਰਿਆਣੇ ਦੇ ਵਿੱਚ ਕਾਂਗਰਸ ਅਤੇ ਬੀਜੇਪੀ ਹੀ ਸੋਚ ਰਹੇ ਨੇ ਕਿ ਉਹਨਾਂ ਦੀ ਸਰਕਾਰ ਬਣੇਗੀ। ਹਾਲਾਂਕਿ ਇਹ ਸੋਚ ਇਨੈਲੋ ਇੰਡੀਅਨ ਨੈਸ਼ਨਲ ਲੋਕ ਦਲ ਅਤੇ ਸੁਖਬੀਰ ਬਾਦਲ ਦੀ ਵੀ ਹੈ, ਪਰ ਸੁਖਬੀਰ ਬਾਦਲ ਤੋਂ ਜਦੋਂ ਮੈਨੀਫੈਸਟੋ ਦੇ ਮਸਲੇ 'ਤੇ ਸਵਾਲ ਪੁੱਛੇ ਗਏ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਵਿਰੋਧੀਆਂ ਦੀ ਸਰਕਾਰ ਹੀ ਨਹੀਂ ਬਣਨੀ ਤਾਂ ਮੈਨੀਫੈਸਟੋ 'ਤੇ ਕੀ ਟਿੱਪਣੀ ਕਰਾਂ। ਅਸਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਫੈਸਲੇ ਤੋਂ ਬਾਅਦ ਵੀ ਨਹਿਰ ਦੀ ਉਸਾਰੀ ਖਤਮ ਕਰਕੇ ਨਹਿਰ ਦੀ ਜ਼ਮੀਨ ਵਾਪਸ ਮੋੜ ਦਿੱਤੀ ਸੀ ਅਤੇ ਸਤਲੁਜ ਯਮੁਨਾ ਲਿੰਕ ਨਹਿਰ 'ਤੇ ਸਟੈਂਡ ਕਰਕੇ ਹੀ ਇਨੈਲੋ ਅਤੇ ਸੁਖਬੀਰ ਬਾਦਲ ਦਾ ਸਮਝੌਤਾ ਟੁੱਟਿਆ ਸੀ। ਪਰ ਹੁਣ ਸ਼ਾਇਦ ਇਨੈਲੋ ਨੂੰ ਸਤਲੁਜ ਯਮੁਨਾ ਲਿੰਕ ਨਹਿਰ ਨਾਲੋਂ ਜ਼ਿਆਦਾ ਵੋਟਾਂ ਦੀ ਚਿੰਤਾ ਹੈ। ਮੈਂ ਕਹਿਣਾ ਚਾਹੁੰਦਾ ਹਰਿਆਣੇ ਵਿੱਚ ਬਹੁਤ ਤੇਜ਼ੀ ਨਾਲ ਸਿਚੁਏਸ਼ਨ ਖਤਮ ਹੋ ਰਹੀ ਹੈ। ਜਿਹੜੇ ਸੋਚਦੇ ਸਰਕਾਰਾਂ ਬਣਾਉਣਗੇ ਉਹ ਸਾਰੇ ਓਪੋਜੀਸ਼ਨ 'ਚ ਹੋਣਗੇ। ਜੋ ਸਰਕਾਰ ਹੀ ਨਹੀਂ ਬਣਨੀ ਟਿੱਪਣੀ ਕੀ ਕਰਾਂ? ਮੈਨੀਫੈਸਟੋ ਦਾ ਤਾਂ ਹੀ ਹੁੰਦਾ ਸਰਕਾਰ ਬਣੂਗੀ। ਉੱਧਰ ਜਲਾਲਾਬਾਦੀ ਸੀਟ 'ਤੇ ਅਕਾਲੀ ਦਲ ਅਤੇ ਕਾਂਗਰਸ ਨੂੰ ਮਾਤ ਦੇਣ ਲਈ ਵਿਰੋਧੀ ਪਾਰਟੀਆਂ ਪੂਰਾ ਜ਼ੋਰ ਲਾ ਰਹੀਆਂ ਨੇ। ਭਗਵੰਤ ਮਾਨ ਨੇ ਕਿਹਾ ਕਿ ਮਹਿੰਦਰ ਸਿੰਘ ਕਚੂਰਾ ਦੇ ਹੱਕ ਵਿੱਚ ਵੱਡਾ ਸਮਰਥਨ ਮਿਲ ਰਿਹਾ ਹੈ। ਉਹਨਾਂ ਇਹ ਇਲਜ਼ਾਮ ਮੁੜ ਦੁਹਰਾਇਆ ਕਿ ਜਲਾਲਾਬਾਦ ਵਿੱਚ ਕਾਂਗਰਸ ਅਤੇ ਅਕਾਲੀ ਦਲ ਮਿਲ ਕੇ ਚੋਣਾਂ ਲੜ ਰਹੇ ਨੇ, ਜਦਕਿ ਅਕਾਲੀ ਦਲ ਕਹਿੰਦਾ ਹੈ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ ਟੀਮ ਹੈ ਅਤੇ ਕਾਂਗਰਸ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਅਕਾਲੀ ਦਲ ਦੀ ਬੀ ਟੀਮ ਹੈ। ਸੋ ਸਾਰੀਆਂ ਪੋਲੀਟੀਕਲ ਪਾਰਟੀਆਂ ਇੱਕ ਦੂਸਰੇ 'ਤੇ ਦੂਜੀਆਂ ਪਾਰਟੀਆਂ ਦੀਆਂ ਬੀ ਟੀਮਾਂ ਹੋਣ ਦਾ ਇਲਜ਼ਾਮ ਲਾ ਰਹੇ ਨੇ। ਅਕਾਲੀ ਦਲ ਨੇ ਖੁਦ ਹੀ ਕਹਿ ਤਾ ਹੁਣ ਕਾਂਗਰਸ ਨੂੰ ਆਪਸ 'ਚ ਪਾਉਂਦੇ ਤਾਂ ਰਹਿੰਦੇ ਇੱਕ ਦੂਜੇ ਨੂੰ। ਇਹ ਤਾਂ ਕੋਈ ਮੈਨੂੰ ਲੱਗਦਾ ਨਹੀਂ ਕੋਈ ਨਵੀਂ ਗੱਲ ਹੈ। ਆਪਸ 'ਚ ਇੱਕ ਦੂਜੇ ਨੂੰ ਪਾਉਂਦੇ ਰਹਿੰਦੇ ਵੋਟਾਂ ਕਿ ਇਹਨੂੰ ਪਾਓ, ਹੁਣ ਇਹਨੂੰ ਪਾਓ। ਲੋਕਾਂ ਨਾਲ ਵੋਟਾਂ ਵੋਟਾਂ ਖੇਡਣਾ ਸਿੱਖ ਗਏ। ਕੋਈ ਗੱਲ ਨਹੀਂ, ਪਬਲਿਕ ਦੱਸ ਦੂਗੀ ਆਉਣ ਵਾਲੀ ਕੀ ਤਰੀਕ। ਸਰ ਤੁਹਾਨੂੰ ਲੱਗਦਾ ਵੀ ਇਹ ਰਲੇ ਹੋਏ ਨੇ? ਸਰ ਮੈਨੂੰ ਕੀ ਲੱਗਦਾ ਜੀ, ਪਤਾ ਹੈ ਸਾਰਾ, ਲੋਕਾਂ ਨੂੰ ਵੀ ਪਤਾ ਹੈ। ਪਹਿਲਾਂ ਰਵਨੀਤ ਬਿੱਟੂ ਇੱਥੇ ਕੀ ਕਰਨ ਆਇਆ ਸੀਗਾ? ਹੁਣ ਕਿਉਂ ਨਹੀਂ ਆਇਆ ਇੱਕ ਦਿਨ ਵੀ ਕੰਪੇਨ ਕਰਨ? ਉਹ ਸਿਰਫ ਸੁਖਬੀਰ ਬਾਦਲ ਨੂੰ ਜਿਤਾਉਣ ਆਇਆ ਸੀ। ਕੈਪਟਨ ਅਮਰਿੰਦਰ ਕੀ ਕਰਨ ਗਿਆ ਸੀਗਾ ਪਟਿਆਲਾ ਛੱਡ ਕੇ ਲੰਬੀ? ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਉਣ ਗਏ ਸੀ। ਸੋ ਆਪਸ 'ਚ ਇਹਨਾਂ ਦੇ ਸਮਝੌਤੇ ਹੁੰਦੇ ਨੇ ਅਤੇ ਬਠਿੰਡਾ ਲੈ ਲਓ ਜੀ, ਪਟਿਆਲਾ ਦੇ ਦਿਓ ਜੀ, ਇਸ ਤਰ੍ਹਾਂ ਲੋਕਾਂ ਨਾਲ ਖੇਡਦੇ। ਮੁਦਾਖਾ ਜ਼ਿਮਨੀ ਚੋਣਾਂ ਹੋ ਰਹੀਆਂ ਨੇ ਅਤੇ ਇੱਥੋਂ ਦੀ ਲੰਘ ਰਿਹਾ ਬੁੱਢਾ ਨਾਲਾ, ਭਾਵ ਸਤਲੁਜ ਦਰਿਆ ਦੇ ਨਾਲ ਨਾਲ ਇੱਕ ਬੁੱਢਾ ਦਰਿਆ ਲੰਘਦਾ ਜਿਸ ਨੂੰ ਗੰਦ ਕੂੜਾ ਕਰਕਟ ਅਤੇ ਇੰਡਸਟਰੀ ਦਾ ਰਹਿੰਦ ਖੁੰਹਦ ਪੈਣ ਕਰਕੇ ਬੁੱਢਾ ਨਾਲਾ ਕਿਹਾ ਜਾਣ ਲੱਗ ਪਿਆ। ਸੋ ਇਸ ਨੂੰ ਗੰਦਾ ਨਾਲਾ ਵੀ ਕਹਿੰਦੇ ਨੇ। ਇਹ ਗੰਦਾ ਨਾਲਾ ਹਲਕਾ ਦਾਖਾ ਦੇ ਵਿੱਚੋਂ ਵੀ ਹੋ ਕੇ ਲੰਘਦਾ ਹੈ ਅਤੇ ਇਹ ਵੱਡਾ ਮੁੱਦਾ ਬਣ ਗਿਆ। ਹਲਕਾ ਦਾਖਾ ਦੇ ਲੋਕਾਂ ਨੇ ਕਿਹਾ ਹੈ ਕਿ ਸਾਨੂੰ ਕਿਸੇ ਉਮੀਦਵਾਰ ਤੋਂ ਉਮੀਦ ਨਹੀਂ ਹੈ ਕਿ ਉਹ ਇਸ ਬੁੱਢੇ ਨਾਲੇ ਦੀ ਗੰਦਗੀ ਤੋਂ ਸਾਨੂੰ ਛੁਟਕਾਰਾ ਦਵਾ ਸਕੇ। ਸਰ ਜ਼ਿਮਨੀ ਚੋਣ ਚੱਲ ਰਹੀ ਆ, ਇਲਾਕੇ 'ਚ ਸਭ ਤੋਂ ਵੱਡੀ ਸਮੱਸਿਆ ਵਾ ਬੁੱਢਾ ਨਾਲਾ, ਕੀ ਕਹਿਣਾ ਚਾਹੋਗੇ? ਇਹੀ ਬੁੱਢਾ ਨਾਲਾ ਜੀ, ਪਾਣੀ ਸਾਡਾ ਇਹੀ ਮਸਲਾ ਹੱਲ ਹੋ ਜਾਵੇ, ਬਹੁਤ ਵਧੀਆ ਗੱਲ ਹੈ। ਇਹੀ ਅਸੀਂ ਤਾਂ ਇਹੀ ਕਹਿੰਦੇ ਹਾਂ, ਵਾਰ ਵਾਰ ਕਹਿੰਦੇ ਜੀ, ਅਸੀਂ ਇੱਕ ਵਾਰ ਨਹੀਂ ਕਹਿੰਦੇ, ਵਾਰ ਵਾਰ ਕਹਿੰਦੇ। ਜਦੋਂ ਵੋਟ ਆਉਂਦੀਆਂ ਉਦੋਂ ਹੀ ਇਹੀ ਪ੍ਰਚਾਰ ਹੁੰਦਾ ਸਾਡਾ, ਵੀ ਵੋਟਾਂ ਅਸੀਂ ਉਹਨੂੰ ਪਾਉਂਦੇ ਹਾਂ ਜੀ ਜਿਹੜਾ ਬੰਦਾ ਆਗੂ ਹੋ ਕੇ ਕੰਮ ਕਰਾ ਸਾਰਾ ਕੁਛ ਕਰ ਸਕਦੇ ਹਾਂ, ਪਰ ਕਰਾਉਂਦਾ ਨਹੀਂ ਜੀ ਕੋਈ, ਇੱਧਰ ਨਹੀਂ ਕੋਈ ਨਹੀਂ। ਹਾਂਜੀ ਜੀ ਸਾਰੇ, ਚਲੋ ਦੇਖੋ ਉਹਨਾਂ ਦਾ ਵੀ ਆਪੋ ਆਪਣਾ ਹੈਗਾ ਜੀ ਪੱਖ, ਉਹਨਾਂ ਨੇ ਵੀ ਆਪੋ ਆਪਣਾ ਰੱਖਣਾ। ਸਾਡੇ ਆ ਕੇ ਜਿਵੇਂ ਆਪਣੇ ਫੂਲਕਾ ਸਾਹਿਬ ਬਣੇ ਸੀਗੇ, ਇੱਥੋਂ ਐੱਮ ਐੱਲ ਏ ਸਾਹਿਬ ਬਣਾਏ ਸੀਗੇ, ਲੋਕਾਂ ਨੇ ਭਰੋਸਾ ਦਿੱਤਾ ਸੀਗਾ ਉਹਨਾਂ 'ਤੇ, ਕਿਉਂਕਿ ਉਹਨਾਂ ਨੇ ਵੋਟਾਂ ਲਈਆਂ, ਵੋਟਾਂ ਲੈਣ ਤੋਂ ਬਾਅਦ ਇੱਥੇ ਆਏ ਨਹੀਂ ਗੇ। ਪਹਿਲੀ ਤਾਂ ਗੱਲ ਦਾਖਾ ਹਲਕੇ 'ਚ ਹੀ ਨਹੀਂ ਬੜੇ, ਉਹਨਾਂ ਨੇ ਵਿਕਾਸ ਕੀ ਕਰਨਾ ਸੀਗਾ। ਹੁਣ ਉਹਨਾਂ ਨੇ ਕੀ ਕਰਿਆ ਜੀ, ਆਪਦਾ ਅਸਤੀਫਾ ਦੇ ਤਾ, ਉਦੋਂ ਬਾਅਦ ਜਿੰਨੀ ਚੋਣ ਆ ਗਈ, ਜਿੰਨੀ ਚੋਣ ਤੋਂ ਬਾਅਦ ਫਿਰ ਲਿਆ ਕੇ ਆਮ ਪਾਰਟੀ ਨੇ ਫਿਰ ਬੰਦਾ ਖੜਾ ਤਾ ਜੀ। ਜਦੋਂ ਅੱਗੇ ਤੁਸੀਂ ਇੱਥੋਂ ਅਸਤੀਫਾ ਦੇ ਤਾ ਵੀ, ਹੁਣ ਤੁਸੀਂ ਦੁਬਾਰੇ ਕਿਉਂ ਇੱਥੇ ਆ ਕੇ ਇਲੈਕਸ਼ਨ ਲੜਨ ਦੀ ਫਿਰ ਕੀ ਲੋੜ ਸੀਗੀ? ਇਲਾਕੇ ਦੀ ਸਮੱਸਿਆ ਕੀ ਹੈ? ਇਲਾਕੇ ਦੀ ਸਮੱਸਿਆ ਜੀ ਬਹੁਤ ਜ਼ਿਆਦਾ ਆ, ਇਲਾਕੇ ਦੀ ਸਮੱਸਿਆ ਤਾਂ ਹੁਣ ਪਾਣੀ ਦੀ ਵੀ ਆ ਸਾਡੀ ਜੀ, ਸਾਡੇ ਜਿਵੇਂ ਹੁਣ ਕਿਸਾਨਾਂ ਦਾ ਮੁੱਦਾ ਵਾ ਪਰਾਲੀ ਦਾ ਜੀ। 1984 ਵੇਲੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਹਮਲੇ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਸ਼ਿਸ਼ ਹੈ ਕਿ ਹਮਲੇ ਦੇ ਗੋਲੀਆਂ ਦੇ ਨਿਸ਼ਾਨਾਂ ਨੂੰ ਸਾਂਭਿਆ ਜਾਵੇ ਤਾਂ ਕਿ ਇਹਨਾਂ ਜ਼ਖਮਾਂ ਨੂੰ ਇਤਿਹਾਸ ਵਿੱਚ ਦਰਜ ਕੀਤਾ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿੱਚ ਸਰਕਾਰ
ਸਟੇਜ ਸਾਂਝੀ ਕਰਨ ਦੇ ਮਸਲੇ 'ਤੇ ਰਾਜਨੀਤੀ ਕਰ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੀਆਂ ਜ਼ਿਮਨੀ ਚੋਣਾਂ ਦੇ ਨਾਲ ਨਾਲ ਦਾਖਾ ਦੇ ਪਿੰਡ ਦੇ ਲੋਕਾਂ ਨੂੰ ਵੀ ਉਹਨਾਂ ਸਲਾਹ ਦਿੱਤੀ ਕਿ ਉਹ ਸੋਚ ਸਮਝ ਕੇ ਵੋਟਾਂ ਪਾਉਣ ਅਤੇ ਆਪਣੇ ਅਧਿਕਾਰ ਦੀ ਵਰਤੋਂ ਕਰਨ। ਜਦੋਂ 1984 ਦੇ ਵਿੱਚ ਬਲੂ ਸਟਾਰ ਹੋਇਆ ਸੀ ਔਰ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਸਾਡੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤਾ ਔਰ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਅਕਾਲ ਤਖ਼ਤ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਤੋਪਾਂ ਦੇ ਨਾਲ, ਗੋਲਿਆਂ ਦੇ ਨਾਲ, ਜਦੋਂ ਬਰਸਾਈਆਂ ਗੋਲੀਆਂ ਸਾਰੀ ਫੌਜ ਨੇ ਚੜ੍ਹਾਈ ਕੀਤੀ ਅਤੇ ਸ਼੍ਰੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ 'ਤੇ ਵੀ ਗੋਲੀਆਂ ਲੱਗੀਆਂ। ਇਸ ਤੋਂ ਇਲਾਵਾ ਇਹ ਸਾਡੀ ਜਿਹੜੀ ਡਿਊਟੀ ਹੈ ਉਹਦੇ ਉੱਤੇ ਵੀ ਜਿਹੜੀਆਂ ਗੋਲੀਆਂ ਲੱਗੀਆਂ ਨੇ ਉਹਨੂੰ ਅਸੀਂ ਪ੍ਰਜਰਵ ਕਰਨ ਲੱਗੇ ਹਾਂ। ਅੱਜ ਉਹ ਸ਼ੀਸ਼ੇ ਲਾ ਕੇ ਜਾਂ ਕੋਈ ਪਿੱਤਲ ਦੀਆਂ ਪਲੇਟਾਂ ਲਾ ਕੇ ਅੱਜ ਉਹ ਪ੍ਰਜਰਵ ਕਰਨ ਦੀ ਜਿਹੜੀ ਸੇਵਾ ਅਸੀਂ ਆਰੰਭ ਕਰਨੀ ਆ। ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਸਾਰੀ ਉਹ ਸੇਵਾ ਕਰਨਗੇ ਅਤੇ ਅੱਜ ਉਹ ਨਿਸ਼ਾਨ ਹੈਗੇ ਜੀ ਉੱਥੇ ਜਿਹੜੇ ਹੈਗੇ ਆ ਜਿਹੜੇ ਉਸ ਸਮੇਂ ਕਾਫੀ ਗਿਣਤੀ 'ਚ ਨੇ ਸਾਰੇ ਨਿਸ਼ਾਨ ਉਹ, ਕਿਉਂਕਿ ਉੱਥੇ ਬੇਅੰਤ ਨੇ, ਕੋਈ ਗਿਣਤੀ ਨਹੀਂ ਹੈਗਾ, ਇੰਨੇ ਨਿਸ਼ਾਨ ਨੇ ਇੱਥੇ। ਉਹਦੀ ਸੇਵਾ ਸੰਭਾਲ ਰਹੇਗੀ ਜਦੋਂ ਤੱਕ ਸੰਗਤਾਂ ਸਾਰੀਆਂ ਉਹਨੂੰ ਦੇਖਿਆ ਕਰਨਗੀਆਂ, ਸਾਰੇ ਇਤਿਹਾਸ ਦਾ ਪਤਾ ਲੱਗਿਆ ਕਰਿਆ ਕਿ ਇੱਥੇ ਵੀ ਜਿਵੇਂ ਮੁਗਲਾਂ ਨੇ ਪਹਿਲਾਂ ਹਮਲੇ ਕੀਤੇ, ਅਹਿਮਦ ਸਾਹਿਬ ਦਾਲੀ ਵਰਗ ਨੇ ਹਮਲੇ ਕੀਤੇ, ਇਸੇ ਤਰ੍ਹਾਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਾਂਗਰਸ ਰਾਜ ਵੇਲੇ ਵੀ ਜਿਹੜਾ ਸਾਡਾ ਇਹ ਹਮਲਾ ਹੋਇਆ, ਇਹ ਇੱਕ ਇਤਿਹਾਸ ਲੋਕਾਂ ਦੇ ਹਮੇਸ਼ਾ ਰਹੇਗਾ ਜੋ ਜ਼ੁਲਮ ਹੋਇਆ, ਜਿਸ ਤਰ੍ਹਾਂ ਦੇ ਇੱਥੇ ਸ਼ਹੀਦ ਸਿੰਘ ਸ਼ਹੀਦ ਹੋਏ ਔਰ ਐਡਾ ਵੱਡਾ ਘਾਣ ਹੋਇਆ, ਉਹ ਸਾਰਾ ਇੱਕ ਇਤਿਹਾਸ ਬਣ ਚੁੱਕਿਆ ਹੈ ਜੇ ਸਦੀਆਂ ਤੱਕ ਲੋਕ ਇਹਨਾਂ ਨੂੰ ਯਾਦ ਰੱਖਣਗੇ। ਉੱਧਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਅਗਵਾਈ ਵਿੱਚ ਦਿੱਲੀ ਵਿੱਚ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇੱਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਭਾਰਤ ਦੇ ਇੰਡੀਆ ਗੇਟ 'ਤੇ ਇਸ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਹੋਈਆਂ। ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉਚੇਚੇ ਤੌਰ 'ਤੇ ਇਸ ਸਮਾਗਮ ਵਿੱਚ ਸ਼ਾਮਿਲ ਹੋਏ। ਇੱਥੇ ਇੱਕ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸੰਗਤਾਂ ਦਾ ਉਤਸ਼ਾਹ ਠਾਠਾ ਮਾਰਦਾ ਸੀ। ਦੇਖੋ ਅੱਜ ਦਾ ਇਹ ਪ੍ਰੋਗਰਾਮ ਸ਼ਬਦ ਅਨਹਦ, ਇਹ ਪ੍ਰੋਗਰਾਮ ਇੱਕ ਬਹੁਤ ਹੀ ਵਿਲੱਖਣ ਵਿਸ਼ੇਸ਼ ਅਤੇ ਇਤਿਹਾਸਕਾਰੀ ਆ, ਕਿਉਂਕਿ ਪਹਿਲੀ ਵਾਰ ਇਹ ਕੋਸ਼ਿਸ਼ ਕੀਤੀ ਗਈ ਦਿੱਲੀ ਦੀ ਸੰਗਤ ਵੱਲੋਂ 550 ਕੀਰਤਨੀਆਂ ਇੱਕੋ ਸਮੇਂ ਇੱਕੋ ਵਕਤ ਇੱਕੋ ਜਥੇ ਦੇ ਰੂਪ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਔਰ ਉਸ ਅਕਾਲ ਪੁਰਖ ਦੀ ਅਲਾਹੀ ਬਾਣੀ ਨੂੰ ਉਚਾਰਨ ਕਰਨ ਦੀ। ਸੰਗਤਾਂ ਨੇ ਜਿਨ੍ਹਾਂ ਨੇ ਸਰਵਣ ਕੀਤਾ, ਮੈਂ ਇਹ ਕਹਿ ਸਕਦਾ ਹਾਂ ਕਿ ਇਹ ਇੱਕ ਐਸਾ ਅਦਭੁਤ ਨਜ਼ਾਰਾ ਸੀ ਜੋ ਵੇਖਿਆ ਹੀ ਪ੍ਰਵਾਨ ਸੀ। ਜਿਨ੍ਹਾਂ ਨੇ ਵੇਖਿਆ ਉਹੀ ਮਹਿਸੂਸ ਕਰ ਸਕਦੇ ਸੀ ਇਹਦੀ ਅਲੌਕਿਕਤਾ ਔਰ ਇਹਦੀ ਰੂਹਾਨੀਅਤ। ਇਹ ਰੂਹਾਨੀ ਉਹ ਸਮਾਂ ਸੀ ਜਦੋਂ ਮੈਂ ਸਮਝਦਾ ਕਿ ਅਕਾਲ ਪੁਰਖ ਆਪ ਸੰਗਤਾਂ 'ਤੇ ਵਰਸ ਰਹੇ ਸੀਗੇ, ਐਸੀ ਬਖਸ਼ਿਸ਼ਾਂ ਹੋ ਰਹੀਆਂ ਸੀਗੀਆਂ, ਹਜ਼ਾਰਾਂ ਦਾ ਇਕੱਠ ਔਰ 2.5 ਘੰਟੇ ਤੱਕ ਲਗਾਤਾਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਸ ਅਕਾਲ ਪੁਰਖ ਦੀ ਉਸਤਤ ਕਰਨੀ ਇਹ ਮਹਾਰਾਜ ਜੀ ਆਪ ਹੀ ਕਰਾ ਰਹੇ ਸੀ। ਔਰ ਉਸ ਤੋਂ ਬਾਅਦ ਇਹ ਜਿਹੜਾ ਲਾਈਟ ਐਂਡ ਸਾਊਂਡ ਸਟੇਜ ਸ਼ੋਅ ਅਸੀਂ LED ਕੀਤਾ ਹੈ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜੀਵਨ ਕਾਲ ਅੰਦਰ ਉਹਨਾਂ ਵੱਲੋਂ ਕੀਤੀਆਂ ਹੋਈਆਂ ਉਦਾਸੀਆਂ ਦੇ ਦੌਰਾਨ ਔਰ ਜੋ ਮਾਨਵਤਾ ਨੇ ਉਪਕਾਰ ਕੀਤੇ, ਜੋ ਮਾਨਵਤਾ ਨੂੰ ਉਹਨਾਂ ਨੇ ਸੰਦੇਸ਼ ਦਿੱਤੇ, ਉਪਦੇਸ਼ ਦਿੱਤੇ ਔਰ ਉਸਦਾ ਦੁਨੀਆਂ ਨੂੰ ਕੀ ਲਾਭ ਮਿਲਿਆ, ਉਹ ਅਸੀਂ ਇੱਕ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਉੱਧਰ ਸ਼੍ਰੀ ਦਰਬਾਰ ਸਾਹਿਬ ਨੂੰ ਫੁੱਲਾਂ ਦੇ ਨਾਲ ਸਜਾ ਕੇ ਸ਼ਰਧਾ ਅਤੇ ਆਸਥਾ ਦੀ ਵੱਡੀ ਉਦਾਹਰਣ ਪੇਸ਼ ਕੀਤੀ ਗਈ ਹੈ। ਸ਼੍ਰੀ ਦਰਬਾਰ ਸਾਹਿਬ ਦੀ ਇਹ ਸੁੰਦਰਤਾ ਵੇਖਣ ਯੋਗ ਸੀ। ਜਦੋਂ ਮੁੰਬਈ ਤੋਂ ਆਈਆਂ ਸੰਗਤਾਂ ਨੇ ਵੀ ਫੁੱਲਾਂ ਨਾਲ ਸ਼੍ਰੀ ਹਰਿਮੰਦਰ ਸਾਹਿਬ ਨੂੰ ਸਜਾਇਆ। ਨਗਰ ਕੀਰਤਨ ਮੌਕੇ ਵੀ ਫੁੱਲਾਂ ਦੀ ਬਰਸਾਤ ਕੀਤੀ ਜਾਣੀ ਹੈ। ਪ੍ਰਕਾਸ਼ ਪੁਰਬ ਦੀ ਸਮੂਹ ਸਾਧ ਸੰਗਤ ਜੀ ਨੂੰ ਲੱਖ ਲੱਖ ਵਧਾਈ ਹੈ ਜੀ। ਅੱਜ ਜੋ ਸੇਵਾ ਗੁਰੂ ਸਾਹਿਬ ਨੇ ਪ੍ਰਾਪਤ ਕਰਾਈ ਹੈ, ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਜੋ ਪੂਰੀ ਸਿੱਖ ਸੰਗਤ ਬੜੇ ਪਿਆਰ ਸ਼ਰਧਾ ਦੇ ਨਾਲ ਮਨਾਉਂਦੀ ਹੈਗੀ ਹੈ। ਸਾਡੀ ਬੰਬੇ ਤੋਂ ਪੂਰੀ ਸੰਗਤ ਪਰਿਵਾਰਾਂ ਦੇ ਨਾਲ ਸੌ ਸੇਵਾਦਾਰ ਆਏ ਹੈਗੇ ਨੇ ਸੇਵਾ ਕਰਨ ਲਈ ਔਰ ਹਰ ਪ੍ਰਕਾਰ ਦੇ ਸੋਹਣੇ ਸੋਹਣੇ ਫੁੱਲ ਗੁਰੂ ਸਾਹਿਬ ਦੀ ਕੋਸ਼ਿਸ਼ ਦਾ ਸਦਕਾ ਅਸੀਂ ਲਿਆ ਕੇ ਸੇਵਾ ਕਰਦੇ ਹੈਗੇ। ਸਰ, ਦੇਸ਼ਾਂ ਵਿਦੇਸ਼ਾਂ 'ਚੋਂ ਵੀ ਫੁੱਲ ਮੰਗਵਾਏ ਗਏ? ਹਾਂਜੀ ਹਾਂਜੀ। ਕਿੰਨੇ ਦੇਸ਼ਾਂ? ਰਕਮਾਂ ਦਾ ਪਤਾ ਨਹੀਂ, ਗੁਰੂ ਸਾਹਿਬ ਦੀ ਰਕਮਾਂ ਹੈਗੀਆਂ ਨੇ। ਜੋ ਵੀ ਫੁੱਲ ਹੈਗੇ ਨੇ ਉਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ, ਅਸੀਂ ਲਿਆਇਆ ਬੰਬੇ ਤੋਂ, ਕਲਕੱਤਾ ਤੋਂ, ਚੇਨਈ ਤੋਂ, ਪੁਣੇ ਤੋਂ, ਮਦਰਾਸ ਤੋਂ, ਸਾਰੇ ਫੁੱਲ ਲਿਆਏ ਜਾਂਦੇ ਹੈਗੇ। ਵਿਦੇਸ਼ ਤੋਂ ਵੀ ਲਿਆਏ ਗਏ। ਸੌ ਕਾਰੀਗਰ ਹੈਗੇ ਨੇ, ਉਹ 100-125 ਸੇਵਾਦਾਰ ਹੈਗੇ ਜੋ ਸੇਵਾ ਕਰ ਰਹੇ ਨੇ। ਕੱਲ੍ਹ ਸ਼ਾਮ ਤੱਕ ਗੁਰੂ ਸਾਹਿਬ ਕਿਰਪਾ ਕਰਨਗੇ ਅਤੇ ਸੇਵਾ ਸੰਪੂਰਨ ਹੋ ਜਾਏਗੀ। ਦੇਖੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ, ਬੜੀ ਸ਼ਰਧਾ ਸਤਿਕਾਰ ਭਾਵਨਾ ਨਾਲ ਮਨਾਇਆ ਜਾਂਦਾ। ਬੰਬਈ ਦੀ ਸੰਗਤ ਵੱਲੋਂ ਸਰਦਾਰ ਇਕਬਾਲ ਸਿੰਘ ਦੀ ਅਗਵਾਈ ਵਿੱਚ
ਬਹੁਤ ਸਾਲਾਂ ਤੋਂ ਫੁੱਲਾਂ ਦੀ ਜਿਹੜੀ ਡੈਕੋਰੇਸ਼ਨ ਹੈ ਉਹ ਕੀਤੀ ਜਾ ਰਹੀ ਆ। ਇਸ ਵਾਰ ਵੀ ਉਹ ਵੱਡੀ ਪੱਧਰ 'ਤੇ ਫੁੱਲਾਂ ਦੀ ਸਜਾਵਟ ਕਰ ਰਹੇ ਨੇ, ਖਾਸ ਕਰਕੇ ਜਿਹੜੇ ਲਿਵਿੰਗ ਫਲਾਵਰ ਨੇ ਉਹਨਾਂ ਨੂੰ ਗਮਲਿਆਂ ਦੇ ਵਿੱਚ ਲਾ ਰਹੇ ਨੇ। ਜਿਹੜਾ ਪੁਲ ਆ ਸੱਚਖੰਡ ਸ੍ਰੀ ਹਰਿਮੰਦਰ ਨੂੰ ਜਾਣ ਸਾਹਿਬ ਨੂੰ ਜਾਣ ਵਾਲਾ ਰਸਤਾ ਵਾ, ਅਤੇ ਪੁਲ ਦੇ ਉੱਤੇ ਉਹ ਫਲਾਵਰ ਲਾ ਰਹੇ ਨੇ। ਇਹ ਫਲਾਵਰ ਜਿਹੜੇ ਨੇ 3 ਮਹੀਨੇ ਵੈਸੇ ਹੀ ਨਹੀਂ ਜਾਂਦੇ, ਕਿਉਂਕਿ ਸੀਜ਼ਨਲ ਫਲਾਵਰ ਨੇ, ਅਤੇ ਜਦੋਂ ਇਹ 3 ਮਹੀਨੇ ਬਾਅਦ ਸੁੱਕਣਗੇ ਉਦੋਂ ਉਹਨਾਂ ਨੂੰ ਅਸੀਂ ਬਾਹਰ ਕਰ ਦਿਆਂਗੇ। ਪਰ 3 ਮਹੀਨੇ ਤੱਕ ਇਹ ਆਪਣੀ ਸੁਗੰਧੀ ਸਜਾਵਟ ਜਿਹੜੀ ਆ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਦੇਣਗੇ। ਦੂਸਰੇ ਜਿਹੜੇ ਫਲਾਵਰ ਨੇ ਉਹ ਵੱਖ ਵੱਖ ਸਟੇਟਾਂ ਤੋਂ ਜਿੱਥੋਂ ਵੀ ਸੀਜ਼ਨਲ ਫਲਾਵਰ ਮਿਲਦੇ ਨੇ, ਬੈਂਕਾਕ ਤੋਂ, ਥਾਈਲੈਂਡ ਤੋਂ ਖਾਸ ਕਰਕੇ ਜਿਹੜੇ ਫਲਾਵਰ ਨੇ ਆਉਂਦੇ ਆ, ਕੁਝ ਫਲਾਵਰ ਕੀਨੀਆ ਤੋਂ ਆਉਂਦੇ ਆ, ਉਹ ਫਲਾਵਰ ਵੀ ਮੰਗਵਾਏ ਜਾਂਦੇ ਆ। ਖਾਸ ਕਰਕੇ ਕਲਕੱਤੇ ਤੋਂ ਫਲਾਵਰ ਦਾ ਬਹੁਤ ਹੈਗਾ ਵਾ, ਦੇਹਰਾਦੂਨ ਤੋਂ ਅਤੇ ਬੰਗਲੌਰ ਤੋਂ, ਇਹਨਾਂ ਭਾਰਤ ਦੇ ਉਹ ਸ਼ਹਿਰ ਜਿੱਥੋਂ ਫਲਾਵਰ ਮਿਲ ਜਾਂਦੇ ਆ ਤਾਜ਼ੇ ਫਲਾਵਰ, ਉਹ ਮੰਗਵਾ ਕੇ ਪ੍ਰਜ਼ਰਵ ਕਰਕੇ ਲੈ ਕੇ ਆਉਂਦੇ ਆ, ਬੜੀ ਭਾਵਨਾ ਦੇ ਨਾਲ ਉਹ ਲਗਾਉਂਦੇ ਆ, ਤਾਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਸੁੰਦਰਤਾ ਵਾ ਉਹਨੂੰ ਹੋਰ ਚਾਰ ਚੰਨ ਲਾਏ ਜਾ ਸਕਣ, ਆਪਣੀ ਸ਼ਰਧਾ ਸਤਿਕਾਰ। 4 ਸਾਲ ਤੋਂ ਵੀ ਨਹੀਂ ਮਿਲਿਆ ਬਰਗਾੜੀ ਕੋਟਕਪੁਰਾ ਅਤੇ ਬਹਿਬਲ ਕਲਾਂ ਮਾਮਲਿਆਂ ਦਾ ਇਨਸਾਫ, ਬੇਅਦਬੀਆਂ ਦੇ ਰੋਸ ਵਜੋਂ ਅੱਜ ਸੁਖਪਾਲ ਖਹਿਰਾ ਦੀ ਅਗਵਾਈ ਦੇ ਵਿੱਚ ਹੋਏਗਾ ਸ਼ਰਧਾਂਜਲੀ ਸਮਾਗਮ। ਵੱਖ ਵੱਖ ਸਿੱਖ ਸੰਗਠਨ ਵੀ ਲੈ ਸਕਦੇ ਨੇ ਸ਼ਰਧਾਂਜਲੀ ਸਮਾਗਮ ਵਿੱਚ ਹਿੱਸਾ। ਸੁਖਪਾਲ ਖਹਿਰਾ ਦੇ ਕੈਪਟਨ ਸਰਕਾਰ ਅਤੇ ਅਕਾਲੀ ਦਲ 'ਤੇ ਵੱਡੇ ਇਲਜ਼ਾਮ, ਕਿਹਾ ਕੈਪਟਨ ਸਰਕਾਰ 3.5 ਸਾਲਾਂ ਦੇ ਵਿੱਚ ਨਹੀਂ ਦੇ ਸਕੀ। ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦਾ ਇਨਸਾਫ, ਤਾਂ ਅਕਾਲੀ ਭਾਜਪਾ ਸਰਕਾਰ ਨੇ 4 ਸਾਲਾਂ ਦੇ ਵਿੱਚ ਅੱਜ ਤੱਕ ਨਹੀਂ ਦਿੱਤਾ ਕੋਈ ਇਨਸਾਫ। ਸੁਖਪਾਲ ਖਹਿਰਾ ਦੇ ਇਲਜ਼ਾਮ, ਗੁਨਾਹਗਾਰਾਂ ਨੂੰ ਬਚਾ ਰਹੀ ਹੈ ਕੈਪਟਨ ਦੀ ਸਰਕਾਰ। ਹਰਿਆਣੇ ਵਿੱਚ ਖੁੱਲ੍ਹ ਕੇ ਸਾਹਮਣੇ ਆਈ ਅਕਾਲੀ ਭਾਜਪਾ ਦੀ ਫੁੱਟ। ਹਰਿਆਣੇ ਪਹੁੰਚੇ ਸੁਖਬੀਰ ਬਾਦਲ ਨੇ ਕਿਹਾ ਜਿਨ੍ਹਾਂ ਨੂੰ ਲੱਗਦਾ ਉਹ ਹਰਿਆਣੇ 'ਚ ਸਰਕਾਰ ਬਣਾਉਣਗੇ, ਉਹ ਰਹਿਣਗੇ ਵਿਰੋਧੀ ਧਿਰ 'ਚ। ਸੁਖਬੀਰ ਬਾਦਲ ਨੇ ਕਿਹਾ ਸਿਰਸਾ ਅਤੇ ਫਤਿਹਾਬਾਦ ਵਿੱਚ ਨਹੀਂ ਆਉਂਦੀ ਭਾਜਪਾ ਦੀ 1 ਵੀ ਸੀਟ। ਉੱਧਰ ਰਮਿੰਦਰ ਆਵਲਾ ਦੇ ਚੋਣ ਪ੍ਰਚਾਰ ਕਰਨ ਆਏ ਮੁਹੰਮਦ ਸਦੀਕ ਨੂੰ ਲੋਕਾਂ ਨੇ ਘੇਰਿਆ। ਮੁਹੰਮਦ ਸਦੀਕ ਨੂੰ ਲੋਕਾਂ ਨੇ ਯਾਦ ਕਰਵਾਏ ਕੈਪਟਨ ਸਰਕਾਰ ਦੇ ਵਾਅਦੇ। ਲੋਕਾਂ ਦੇ ਸਵਾਲ ਸੁਣ ਕੇ ਮੁਹੰਮਦ ਸਦੀਕ ਨਿਕਲ ਗਏ, ਨਹੀਂ ਸੁੱਝਿਆ ਕੋਈ ਠੋਸ ਜਵਾਬ। ਲੋਕਾਂ ਨੇ ਵੀ ਨਹੀਂ ਸੁਣੀ ਸਦੀਕ ਦੀ ਗੱਲ, ਵੀਡੀਓ ਹੋ ਰਹੀ ਹੈ ਵਾਇਰਲ। ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਵਿੱਚ ਇੰਡੀਆ ਗੇਟ ਮੌਕੇ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ। ਅਮਿਤ ਸ਼ਾਹ ਉਚੇਚੇ ਤੌਰ 'ਤੇ ਪੁੱਜੇ, ਨਗਰ ਕੀਰਤਨ ਦਾ ਕੀਤਾ ਗਿਆ ਪ੍ਰਬੰਧ। ਵੱਡੀ ਗਿਣਤੀ 'ਚ ਸੰਗਤਾਂ ਨੇ ਨਗਰ ਕੀਰਤਨ 'ਚ ਕੀਤੀ ਸ਼ਮੂਲੀਅਤ। ਉੱਧਰ ਮੁੰਬਈ ਦੀ ਸੰਗਤ ਵੱਲੋਂ ਸਜਾਇਆ ਗਿਆ ਸ਼੍ਰੀ ਹਰਿਮੰਦਰ ਸਾਹਿਬ ਨੂੰ, ਨਗਰ ਕੀਰਤਨ 'ਤੇ ਹੋਏਗੀ ਫੁੱਲਾਂ ਦੀ ਵਰਖਾ। ਉੱਧਰ ਕੱਲ੍ਹ ਕਾਂਗਰਸ ਦਫ਼ਤਰ ਦੇ ਬਾਹਰ ਹੰਗਾਮਾ ਕਰਨ ਵਾਲੇ ਨੌਜਵਾਨ 'ਤੇ ਮਾਮਲਾ ਕੀਤਾ ਗਿਆ ਦਰਜ, ਉਸਦੇ ਬਜ਼ੁਰਗ ਪਿਤਾ ਨੂੰ ਵੀ ਲਿਆ ਗਿਆ ਹਿਰਾਸਤ ਵਿੱਚ। ਬਜ਼ੁਰਗ ਦੇ ਪਰਿਵਾਰ ਨੇ ਕਾਂਗਰਸ ਦੇ ਇੱਕ ਆਗੂ 'ਤੇ ਲਾਏ ਇਲਜ਼ਾਮ, ਪਰ ਕਾਂਗਰਸ ਦੀ ਆਪਸੀ ਫੁੱਟ ਕਰਕੇ ਬਣੇ ਮਾਹੌਲ ਨਾਲ ਕਾਂਗਰਸ ਨੂੰ ਹੋ ਸਕਦਾ ਹੈ ਰਾਜਨੀਤਿਕ ਤੌਰ 'ਤੇ ਨੁਕਸਾਨ। ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇੰਨਾ ਹੀ। ਨਵੀਆਂ ਅਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫਿਰ ਮੁਲਾਕਾਤ ਹੋਏਗੀ। ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ, ਧੰਨਵਾਦ।